ਤੇ ਉਧਰ 22 ਸਾਲਾ ਨੌਜਵਾਨ ਦੀ ਟਿਊਬਵੈਲ ਮੋਟਰ ਤੋਂ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਦੋ ਭੈਣਾਂ ਦਾ ਇਕੱਲਾ ਭਰਾ ਸੀ। ਪੁੱਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰਿਕ ਮੈਂਬਰਾਂ ਦੇ ਵਿੱਚ ਚੀਕ ਚਿਹਾੜਾ ਮੱਚ ਗਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਸਮੇਤ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਦੇਖੋ ਕੀ ਹੈ ਪੂਰੀ ਖਬਰ। बटाला पुलिस अधीन पेंदे नजदीकी पिंड टैपी के परिवार के इकलौते 22 साल नौजवान पुत की ट्यूबवैल मोटर तो करंट लगन नाल दर्दनाक मौत हो गई, जिस तो बाद मृतक परिवारिक मैंबरों का रो रो के बुरा हाल हो गया। दस दिए कि मृतक नौजवान हरप्रीत सिंह अपने मापिया का इकलौता पुत्र सी अते दो भैणा का इकला भरा सी। इकलौते पुत की मौत से परिवार के विच चीक चिहाड़ा मच गया। उत्थे ही भैणा का रो रो के बुरा हाल हो गया। दस दिए कि करंट लगन तो बाद नौजवान हरप्रीत सिंह हैप्पी पुत्र कुलवंत सिंह निजी हस्पताल ले जाया गया सी, पर उत्थे जवाब मिलने तो बाद सरकारी हस्पताल बटाला ले जाया गया, जिथे उसनू मृतक घोषित कर दिता गया। पुत की मौत तो बाद मां अते पूरे परिवार का रो रो के बुरा हाल है अते पिंड विच सोग की लहर छाई हुई है। परिवारिक मैंबरां दा की कहना है आओ सुन लेंदे आ। ਅੱਛਾ ਇਹ ਹੋਇਆ ਵੀ ਮੋਟਰ ਚਲਾਉਣ ਲੱਗਾ ਤੇ ਮੋਟਰ ਤੋਂ ਕਰੰਟ ਤਾਰ ਪ੍ਰੋਬਲਮ ਪੈ ਗਿਆ, ਤਾਰ ਉੱਤ ਚ ਫੜੀ ਗਈ। ਜੋਰ ਤੇ ਗੱਲ ਕਰਦੇ ਤੇ ਉਹ ਇਹ ਕਰ ਕਰਕੇ ਮੁੜ ਕੇ ਡਿੱਪਿਆ ਵਾ। ਆਪਾਂ ਘੁੱਟਣ ਬਣਾਏ ਬਣਾਏ ਹਾਂ, ਘੁੱਟਣ ਘੱਟਣ ਕਰਕੇ ਅਤੇ ਮੁੜ ਕੇ ਫਿਰ ਜਦੋਂ ਜਾ ਜਾਪੇ ਵੀ ਨਹੀਂ ਗਈ ਕਿ ਕੰਡੀਸ਼ਨ ਮਾੜੀ ਜਾਪਦੀ ਆ, ਅਤੇ ਆਪਾਂ ਲੈ ਕੇ ਗਏ ਕਰਦੀਆਂ ਚੱਲ ਗਏ। ਅਤੇ ਕਰਦੀਆਂ ਤੋਂ ਜਵਾਬ ਹੋ ਗਿਆ ਫਿਰ ਬਟਾਲਾ ਲੈ ਗਏ। ਬਟਾਲਾ ਦੋ ਪ੍ਰਾਈਵੇਟ ਹਸਪੀਟਲ ਗਏ ਅਤੇ ਉੱਥੇ ਵੀ ਉਹਨਾਂ ਹੱਥ ਨਹੀਂ ਪਾਇਆ। ਫਿਰ ਮੁੜ ਕੇ ਆਪਣਾ ਤੀਸਰਾ ਸਰਕਾਰੀ ਹਸਪੀਟਲ ਚਲ ਗਏ ਜੀ। ਉੱਥੇ ਉਹਨਾਂ ਨੇ ਚੈੱਕਅਪ ਕੀਤਾ ਅਤੇ ਉਹ ਅੰਦਰ ਵੀ ਇੰਨੇ ਖਤਮ ਹੋ ਗਏ ਆ। ਕਿੰਨੇ ਭੈਣ ਭਰਾ ਨੇ? ਦੋ ਭੈਣਾਂ ਅਤੇ ਇੱਕ ਭਰਾ ਜੀ, ਇਹ ਇਕੱਲਾ ਇਕੱਲਾ ਹੈਗਾ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ, ਹਮਦਰਦ ਟੀਵੀ।